बिल्कुल कोई पैसे की घाट नहीं जी, बेईमानी सी इन्हां दी, पैसे की घाट नहीं होंदी। चंगे कॉलेज खुलणगे, चंगे लोगों को काम मिलेंगे। सानू बड़ी गल है भी गुड गवर्नेंस, एक ईमानदार प्रशासन मिलेगा। इतने लोग तंग होंगे, ये गल बड़ी समस्या। कमेडियन के हाथों से पंजाब किवें दिता जा सकता जी? भगवंत मान वर्गे कितने बंदे, गॉड गिफ्टेड बंदे जी, कितने मिलते हैं पंजाब को। धरंतर भी हार गए, की कहना चाहोगे जी? नहीं देखो जी, धरंतर ने काम नहीं किया लोगों वास्ते, बेईमान सिस्टम पैदा करता, इस करके लोग अके पे। साढ़े नाल बडलाडा तो दूजी बार विधायक बन के विधानसभा च पहुँच चुके ने प्रिंसीपल बुद्ध राम, उन्होंने नाल गलबात करते। प्रिंसीपल साहब बहुत बहुत मुबारक जी, दूजी बार हल्के के लोगों ने माण बख्शा। बहुत बड़ा माण बख्शा जी, बड़ा वधिया 52,000 की लीड माण बख्शे। सो इस करके जिम्मेवारी बड़ी बनिया ने। सो मैं तुहाडे जरिए अपने वर्करां दा, वोटरां दा, सपोर्टरां दा बहुत धन्यवाद करदा कि जिन्हां ने एड्डी बड़ी लीड दे के सानूं दुबारा भेजिया, ते लोकां दे इच्छावां दे मुताबिक काम करांगे। बिल्कुल, किन्नी की जिम्मेवारी वधी हैगी हुण, क्योंकि अगे तो ओपोजिशन दे विच सी, कह दिंदे कि सरकार ने पैसे नहीं दिंदे हैगे, हुण ते तुहाडी सरकार बण गई हैगी। नहीं जी, बिल्कुल कोई पैसे की घाट नहीं जी, बेईमानी सी इहनां दी, पैसे की घाट नहीं हुंदी। ਜਦੋਂ ਐਨ ਇਮਾਨਦਾਰ ਸਰਕਾਰ ਹੈ, ਜਿੱਕੀ ਮੁੱਖ ਮੰਤਰੀ ਇਮਾਨਦਾਰ ਹੈ, MLA ਇਮਾਨਦਾਰ, ਜਦੋਂ ਆ ਗਏ ਨਾ, ਅਸੀਂ ਪਹਿਲਾਂ ਕਹਿੰਦੇ ਹੁੰਦੇ ਲੋਕਾਂ ਨੂੰ ਤਾਂ ਤੁਹਾਡੀ ਸਾਰੀ ਕਿਸਮਤ ਬਦਲ ਦੇਵਾਂਗੇ। ਤੁਸੀਂ ਦੇਖੋਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਪੰਜਾਬ ਉਮੀਦ ਕਰਦੇ ਕਿ ਰੰਗਲਾ ਪੰਜਾਬ ਬਣੇ, ਬਡਲਾਡਾ ਕਿੰਨਾ ਰੰਗਲਾ ਹੋਊਗਾ ਜੀ? ਜਦੋਂ ਪੰਜਾਬ ਬਡਲਾਡਾ ਪੰਜਾਬ 'ਚ ਹੀ ਹੈ, ਜਦੋਂ ਰੰਗਲਾ ਪੰਜਾਬ ਬਣੂਗਾ ਉਹਦੇ ਵਿੱਚ ਬਡਲਾਡਾ ਹੀ ਬਣੂਗਾ। ਕੀ ਲੱਗਦਾ ਕਿੰਨੀ ਕੀ ਕਮੀ ਪੇਸ਼ੀ ਆ ਗਈ ਉੱਥੇ, ਕਿ ਹੋ ਤੱਕ ਡਿਵੈਲਪਮੈਂਟ? ਦੇਖੋ ਗੱਲ, ਡਿਵੈਲਪਮੈਂਟ ਦੀ ਕੋਈ ਹੈ ਨਹੀਂ, ਲੋਕ ਵੱਡੇ ਆ ਜੀ, ਅੱਜ ਕੱਲ੍ਹ ਬੇਰੁਜ਼ਗਾਰੀ ਬਹੁਤ ਵੱਡੀ ਗੱਲ ਹੈ। ਚੰਗੇ ਕਾਲਜ ਖੁੱਲਣਗੇ, ਚੰਗੇ ਲੋਕਾਂ ਨੂੰ ਕੰਮ ਮਿਲਣਗੇ। ਸਾਨੂੰ ਬੜੀ ਗੱਲ ਹੈ ਵੀ ਗੁੱਡ ਗਵਰਨੈਂਸ, ਇੱਕ ਇਮਾਨਦਾਰ ਪ੍ਰਸ਼ਾਸਨ ਮਿਲੂਗਾ ਜਿੱਥੇ ਲੋਕ ਤੰਗ ਹੁੰਦੇ ਆ, ਇਹ ਸਹੀ, ਇਹ ਗੱਲ ਬੜੀ ਸਮੱਸਿਆ, ਉਹ ਅਸੀਂ ਦੇਵਾਂਗੇ। ਬੜੇ ਓਪੋਜੀਸ਼ਨ ਪਾਰਟੀ, ਚਾਹੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਭਗਵੰਤ ਮਾਨ ਨੂੰ ਲੈ ਕੇ ਬੜੇ ਟਿੱਚਰਾਂ ਕਰਦੇ ਕਿ ਇੱਕ ਕਮੇਡੀਅਨ ਦੇ ਹੱਥਾਂ 'ਚ ਪੰਜਾਬ ਕਿਵੇਂ ਦਿੱਤਾ ਜਾ ਸਕਦਾ ਜੀ? ਨਹੀਂ ਜੇ ਕਮੇਡੀਅਨ ਦੇ ਹੱਥਾਂ ਦੇ ਵਿੱਚ 92 ਸੀਟਾਂ ਮਿਲ ਸਕਦੀਆਂ ਨੇ, ਪੰਜਾਬ ਕੋਈ ਨਹੀਂ ਸਕਦਾ। ਕਮੇਡੀਅਨ ਬੰਦੇ ਨਹੀਂ ਹੁੰਦੇ, ਉਹ ਤਾਂ ਇੱਕ ਉਹਨਾਂ ਦਾ ਸਟਾਈਲ ਹੈ ਵੀ ਉਹ ਵਧੀਆ ਤਰ੍ਹਾਂ ਧੰਗ ਧੰਗ ਕਰ ਸਕਦੇ ਨੇ। ਸੋ ਇਸ ਕਰਕੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਭਗਵੰਤ ਮਾਨ ਵਰਗੇ ਕਿਤੇ ਬੰਦੇ, ਗੋਡ ਗਿਫਟਡ ਬੰਦੇ ਆ ਜੀ, ਕਿਤੇ ਮਿਲਦੇ ਆ ਪੰਜਾਬ ਨੂੰ। ਅੱਜ ਦੇਖਿਆ ਜੀ ਭਗਵੰਤ ਮਾਨ ਜੀ CM ਬਣਿਆ ਅਤੇ ਕਿਵੇਂ ਅੱਪ ਹੋਇਆ ਸਾਰਾ ਕੁਛ, ਲੋਕ ਚਾਹੁੰਦੇ ਆ, ਪਿਆਰ ਕਰਦੇ ਆ ਭਗਵੰਤ ਮਾਨ। ਅੱਛਾ, ਇਸ ਜਿਹੜੀ ਲਹਿਰ ਆਈ ਆ, ਸੁਨਾਮੀ ਆਈ ਆ, ਵੱਡੇ ਵੱਡੇ ਧਰੰਤਰ ਵੀ ਹਾਰ ਗਏ, ਕੀ ਕਹਿਣਾ ਚਾਹੋਗੇ ਜੀ? ਨਹੀਂ ਦੇਖੋ ਜੀ, ਧਰੰਤਰਾਂ ਨੇ ਕੰਮ ਨਹੀਂ ਕੀਤਾ ਲੋਕਾਂ ਵਾਸਤੇ, ਬੇਈਮਾਨ ਸਿਸਟਮ ਪੈਦਾ ਕਰਤਾ, ਇਸ ਕਰਕੇ ਲੋਕ ਅੱਕੇ ਪਏ ਸੀਗੇ। ਜੇ ਚੰਗੇ ਹੁੰਦੇ ਨਾ ਤਾਂ ਸ਼ਾਇਦ, ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ, ਇਮਾਨਦਾਰ ਪਾਰਟੀ ਅਸੀਂ ਆ, ਪਾਰਟੀ ਵੀ ਨਹੀਂ ਬਣਦੀ ਸੀ, ਪਾਰਟੀ ਤੁਸੀਂ ਬਣਵਾਈ ਆ ਜਿਹਨਾਂ ਲੋਕਾਂ ਬਣਾਈ, ਜਦੋਂ ਲੋਕਾਂ ਦੇ ਕੰਮ ਨਹੀਂ ਲੋਕਾਂ ਦੇ ਪਿੱਛੇ, ਆਪਦੇ ਢਿੱਡ ਭਰਨ ਲੱਗ ਪਏ, ਤਾਂ ਹੀ ਪਾਰਟੀ ਬਣੀ ਆ ਨਾ ਜੀ। ਸੋ ਦੇਖੀ, ਬਿਲਕੁਲ ਲੋਕਾਂ ਨੇ ਸਮਝਿਆ, ਇੱਕ ਵੀ ਮੌਕਾ ਦਿੱਤਾ, ਕਿ ਇੱਕ ਮੌਕਾ ਕੇਜਰੀਵਾਲ ਨੂੰ ਸ਼ਬਦ ਸੀ ਨਾ, ਇੱਕ ਮੌਕਾ ਭਗਵੰਤ ਮਾਨ ਨੂੰ, ਲੋਕਾਂ ਨੇ ਇੱਕ ਮੌਕਾ ਦਿੱਤਾ, ਅਸੀਂ ਮੌਕੇ ਦਾ ਲੋਕਾਂ ਦਿਖਾਵਾਂਗੇ, ਜੇ ਮੌਕਾ ਦਿੱਤਾ ਉਹਦੇ ਮੁਤਾਬਕ ਕੰਮ ਕਰਾਂਗੇ। ਮਤਲਬ ਇੱਕ ਮੌਕਾ ਦਿੱਤਾ, ਅਗਲਾ ਮੌਕਾ ਆਪੇ ਲੋਕ ਦੇ ਦੇਣਗੇ, ਲੋਕ ਦੇਣਗੇ। ਬਿਲਕੁਲ, ਇਹ ਅਸੀਂ ਮੰਗਿਆ, ਗਾਹ ਮੌਕੇ ਆਪਣੇ ਦੇਣਗੇ ਲੋਕ। ਬਿਲਕੁਲ, ਬਹੁਤ ਬਹੁਤ ਮਿਹਰਬਾਨੀ ਹੈ ਸਰ। ਪ੍ਰਿੰਸੀਪਲ ਬੁੱਧ ਰਾਮ ਜੀ, ਜਿਹਨਾਂ ਕਿਹਾ ਕਿ ਇੱਕ ਮੌਕਾ ਮੰਗਿਆ ਸੀ, ਅਗਲਾ ਮੌਕਾ ਪੰਜਾਬ ਦੀ ਜਨਤਾ ਦੇਗੀ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ, ABC ਪੰਜਾਬ, ਚੰਡੀਗੜ੍ਹ।